ਬਿਜਲੀ ਵਿਭਾਗ ਦੇ जेई ਤੇ ਕਿਸਾਨ ਯੂਨੀਅਨ ਦੇ ਆਗੂਆਂ ਵੱਲੋਂ ਰਿਸ਼ਵਤ ਮੰਗਣ ਅਤੇ ਖੱਜਲਖੁਆਰ ਕਰਨ ਦੇ ਦੋਸ਼ ਲਗਾਏ ਗਏ ਹਨ। ਭਾਰਤੀ ਕਿਸਾਨ ਯੂਨੀਅਨ ਲੱਖੋਵਾਲ ਦੇ ਆਗੂ ਦਰਸ਼ਨ ਸਿੰਘ ਦਾ ਕਹਿਣਾ ਹੈ ਕਿ जेई ਰਜਿੰਦਰ ਸਿੰਘ ਕੋਈ ਵੀ ਕੰਮ ਰਿਸ਼ਵਤ ਤੋਂ ਬਿਨਾ ਨਹੀਂ ਕਰਦਾ ਹੈ। ਪੈਸੇ ਨਾ ਦੇਣ ਦੀ ਸੂਰਤ ਵਿੱਚ ਕਿਸਾਨਾਂ ਨੂੰ ਖੱਜਲਖੁਆਰ ਕਰਦਾ ਹੈ। ਇਸ ਮੌਕੇ ਤੇ ਕਿਸਾਨ ਆਗੂਆਂ ਦਾ ਕਹਿਣਾ ਹੈ ਕਿ ਜਦ ਤੱਕ ਇਸ ਤੇ ਕੋਈ ਕਾਰਵਾਈ ਨਹੀਂ ਕੀਤੀ ਜਾਂਦੀ ਤਦ ਤੱਕ ਉਹਨਾਂ ਦਾ ਇਹ ਪ੍ਰਦਰਸ਼ਨ ਲਗਾਤਾਰ ਜਾਰੀ ਰਹੇਗਾ। ਮੈਂ ਜਿਹੜੀ ਆ ਗੱਲ ਕਹਿ ਰਿਆਂ ਸਾਡੇ ਰਜਿੰਦਰ ਜਈ ਆ ਜੀ ਮੱਲਾਂਵਾਲਾ ਬਿਜਲੀ ਘਰ ਜਈ ਉੱਥੇ ਹੋਰ ਵੀ ਆ ਪਰ ਸਾਡੇ ਨਾਲ ਕੰਨੇ ਨਾ ਕੰਨਾਂ ਲਾ ਕੇ ਚੱਲਦੇ ਆ ਸਾਡੇ ਇੱਥੇ ਐਕਸ਼ਨ ਸਾਹਿਬ ਬਹੁਤ ਹੀ ਵਧੀਆ ਬੰਦੇ ਮਥਾੜੂ ਸਾਹਿਬ ਪਰ ਇਹ ਜਿਹੜਾ ਜਈ ਆ ਇਹਨੇ ਇੰਨੀ ਕੁ ਲੁੱਟ ਮਚਾਈ ਆ ਵੀ ਜ਼ਿਮੀਂਦਾਰ ਨੂੰ ਗੁਮਰਾਹ ਕਰਕੇ ਇੱਥੋਂ ਤੱਕ ਰਵੇ ਅਸੀਂ ਭਾਰਤੀ ਕਿਸਾਨ ਹੀ ਨਹੀਂ ਅੰਦਰ ਨਮਾਇੰਦੇ ਆ ਤੇ ਸਾਡੀ ਵੀ ਕੋਈ ਪਰਵਾਹ ਨਹੀਂ ਕਰਦਾ ਐਤੋਂ ਪਹਿਲਾਂ ਕੀ ਹੋਇਆ ਜਦੋਂ ਕਿਸਾਨ ਇਹਦੇ ਕੋਲੇ ਗਿਆ ਇਹ ਉਸ ਸਾਡੇ ਐਸਟੀਮੇਟ ਪਾਸ ਕਰਾਏ ਦਾ ਵੀ 15000 ਰੁਪਿਆ ਲੈ ਗਿਆ ਮੈਂ ਸਰਕਾਰ ਨੂੰ ਇਹ ਬੇਨਤੀ ਕਰਦਾ ਜੇ ਇਹ ਰਜਿੰਦਰ ਜੇ ਨੂੰ ਨਾਥ ਨਾ ਪਾਈ ਜਿੱਡੀ ਵੱਡੀ ਰਿਸ਼ਵਤ ਖੋਰੀ ਇਹ ਲੈ ਰਿਹਾ ਬੰਦਾ ਸਾਡੇ ਕੋਲੇ ਜਿਹੜੀ ਰਿਕਾਰਡਿੰਗਾਂ ਐ ਇਸ ਬੰਦੇ ਦੀ ਤੱਥਾਂ ਤੋਂ ਬਗੈਰ ਅਸੀਂ ਗੱਲ ਨਹੀਂ ਕਰਦੇ ਸਾਡੇ ਕੋਲੇ ਰਿਕਾਰਡਿੰਗ ਆ ਇਹ ਆਪ ਕਹਿ ਰਿਹਾ ਰਿਕਾਰਡਿੰਗ ਦੇ ਵਿੱਚ ਵੀ 15000 ਰੁਪਿਆ ਜਿਹੜਾ ਟਰਾਂਸਫਰ ਤਾਂ 10-1000 12-12 ਤਾਂ ਸਾਡੇ ਟਰਾਂਸਫਰ ਦਾ ਲਈ ਜਾਂਦਾ ਹਾਲਾਂਕਿ ਕੋਈ ਪੈਸਾ ਨਹੀਂ ਗਾ ਸਟੋਰ ਦੇ ਵਿੱਚ ਸਮਾਨ ਜਦੋਂ ਜਾਈਦਾ ਸਭ ਕੁਝ ਵਾਧੂ ਆ ਇਹਦੇ ਅਸੀਂ ਬੇਨਤੀ ਕਰਦੇ ਜੇ ਪ੍ਰਸ਼ਾਸਨ ਨੇ ਇਹਦੇ ਤੇ ਬੰਦ ਹੀ ਕਾਰਵਾਈ ਨਾ ਕੀਤੀ ਤੇ ਅਸੀਂ ਕਰਕੇ ਆਪਦੇ ਦੋ ਤਿੰਨਾਂ ਬਲਾਕਾਂ ਨਾਲ ਗੱਲ ਤੇ ਬਹੁਤ ਜਲਦ ਜੜੀ ਮੱਲਾਂ ਵਾਲੇ ਇਹ ਜਿਹੜਾ ਬਿਜਲੀ ਘਰ ਦੇ ਵਿੱਚ ਜਾਈ ਦੇ ਦਫ਼ਤਰ ਦੇ ਅੱਗੇ ਧਰਨਾ ਦਿੱਤਾ ਜਾਊਗਾ ਬਲਾਕ ਖੋਸਾ ਤੋਂ ਮੇਰਾ ਆਪਦਾ ਨਿੱਜੀ ਟਰਾਂਸਫਾਰਮ ਸੀਗਾ ਜੀ ਇੱਕ ਜਿਹੜਾ ਅਸੀਂ ਕਨੈਕਸ਼ਨ ਵੱਡੇ ਕਰਵਾ ਕੇ 25 ਤੋਂ 63 ਦਾ ਕਰਵਾਇਆ ਜਦੋਂ ਇਹ ਜੇਈ ਨਾਲ ਰابطਾ ਕਾਇਮ ਕੀਤਾ ਵੀ ਸਾਡੇ ਇਹਨੇ ਪਹਿਲਾਂ ਤਾਂ ਸਾਨੂੰ 1 ਸਾਲ ਪੂਰਾ ਉਸ ਚ ਲਮਕਾਇਆ ਜਦੋਂ ਹੁਣ ਸੀਜ਼ਨ ਦੇ ਵਿੱਚ ਅਸੀਂ ਇਹਨੂੰ ਬੇਨਤੀ ਕੀਤੀ ਵੀ ਸਾਡਾ ਜਿਹੜਾ ਟਰਾਂਸਫਰ ਹੋ ਉਹ ਸਾਨੂੰ ਦਵਾਓ ਸਾਡੀਆਂ ਇਹੜੀਆਂ ਮੋਟਰਾਂ ਦਾ ਲੋਡ ਵਧਿਆ ਉਹ ਫਰਜ਼ ਵੀ ਬਣਦਾ ਮਹਿਕਮਾ ਵਾਰ-ਵਾਰ ਲੋਕਾਂ ਨੂੰ ਬੇਨਤੀ ਵੀ ਕਰਦਾ ਵੀ ਤੁਸੀਂ ਆਪ ਦੇ ਟਰਾਂਸਫਰ ਵੱਡੇ ਕਰਾਓ ਉਹਦੇ ਆਦੇਸ਼ ਸੀਗੇ ਜੋ ਅਸੀਂ ਉਹ ਪੂਰੇ ਕਰਕੇ ਇਹਨੂੰ ਪੇਪਰ ਦਿੱਤੇ ਜੀ ਇਹਨੇ ਸਿੱਧਾ ਹੀ ਕਿਹਾ ਮੇਰੇ ਕੋਲੇ ਔਨ ਰਿਕਾਰਡ ਆ ਵੀ 15000 ਰੁਪਏ ਦੇਵੋਗੇ ਤਾਂ ਐਕਸ਼ਨ ਸਾਹਿਬ ਆ ਜਿਹੜੇ ਉਹ ਪਾਸ ਕਰਨਗੇ ਨਵੇਂ ਟਰਾਂਸਫਰ ਨੂੰ ਦਾ 30000 ਰੁਪਇਆ ਲੈਂਦਾ ਜਈ ਦੇ ਆਪਦੇ ਖੋਦ ਦੇ ਦਸਨ ਮੁਤਾਬਕ ਵੀ ਮੈਂ ਉਸ 30000 ਦੀਆਂ 6 ਢੇਰੀਆਂ ਪਾਉਣਾ ਜਿਹੜਾ ਕਿ ਇੱਕ ਐਸਡੀਓ ਦੀ ਢੇਰੀ ਇੱਕ ਐਕਸ਼ਨ ਦੀ ਇੱਕ ਖੋਦ ਦੀ ਇੱਕ ਐਸਸੀ ਸਾਹਿਬ ਦੀ ਇੱਕ ਸਟੋਰ ਦੀ ਔਰ ਇੱਕ ਲੇਬਰ ਦੀ ਜਦੋਂ ਲੋਕਾਂ ਦੇ ਟਰਾਂਸਫਰ ਜਿਹੜੇ ਮੰਨ ਲਓ ਅਸੀਂ ਅਪਗ੍ਰੇਡ ਕਰਾਏ 25 ਤੋਂ ਕਿ ਟ੍ਰੇਡ ਦਾ ਉਹਦਾ 15 ਤੋਂ 20000 ਰੁਪਇਆ ਲੈਂਦਾ ਜੀ ਮੇਰੇ ਕੋਲੋਂ ਖੁੱਦੋਂ ਇਹਨੇ 15000 ਰੁਪਇਆ ਜਿਹੜੇ ਉਹਦੀ ਮੰਗ ਕੀਤੀ ਆ ਤੇ ਉਹ ਮੈਂ ਚਲੋ ਸਾਰਾ ਆਪ ਦੇ ਆਪ ਕੰਮ ਕਰਵਾਇਆ ਜਿਵੇਂ ਪ੍ਰਧਾਨ ਜੀ ਨੇ ਦੱਸਿਆ ਸਾਡੇ ਐਕਸ਼ਨਸ ਆ ਬਹੁਤ ਵਧੀਆ